ਦੀ ਵੱਡੀ ਖਬਰ ਹੈ ਵਿਦਿਆਰਥੀਆਂ ਦੇ ਨਤੀਜੇ ਐਲਾਨ ਦਿੱਤੇ ਗਏ ਨੇ 12ਵੀਂ ਜਮਾਤ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਇਹਨਾਂ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ 90.98% ਵਿਦਿਆਰਥੀ ਪਾਸ ਹੋਏ ਨੇ psb.ac.in ਤੇ ਵਿਦਿਆਰਥੀ ਆਪਣੇ ਰਿਜ਼ਲਟਸ ਦੇਖ ਸਕਦੇ ਨੇ ਔਰ 12ਵੀਂ ਜਮਾਤ ਦੇ ਨਤੀਜੇ ਨੂੰ ਲੈ ਕੇ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਦਾ ਵੱਡਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਨੇ ਇਹ ਕਿਹਾ ਕਿ 12ਵੀਂ ਜਮਾਤ ਦੇ ਨਤੀਜਿਆਂ ਦੇ ਵਿੱਚ ਸਰਕਾਰੀ ਸਕੂਲ ਲਗਾਤਾਰ ਰਿਪਲੀਟਿਡ ਅਤੇ ਐਸੋਸੀਏਟਿਡ ਸਕੂਲਾਂ ਤੋਂ ਅੱਗੇ ਨੇ ਦਸੇਕੇ ਰਿਜ਼ਲਟ ਲਾਂ ਦਿੱਤੇ ਗਏ ਨੇ ਤਪਿੰਨ ਜੰਨੀਗੜ ਤੋਂ ਸਾਢੇ ਨਾਲ ਲਾਈਵ ਜੁੜ ਚੁੱਕੇ ਨੇ ਤਪਿੰਨ ਵੈਬਸਾਈਟ ਤੇ ਨਤੀਜੇ ਬਾਅਦ ਦਿੱਤੇ ਗਏ ਨੇ ਔਰ ਵਿਦਿਆਰਥੀਆਂ ਨੂੰ ਬੜੀ ਉਤਸੁਕਤਾ ਦੇ ਨਾਲ ਇੰਤਜ਼ਾਰ ਹੁੰਦਾ ਹੈ ਅਰਿਜ਼ਲਟ ਆਉਣਗੇ ਕਿਉਂਕਿ ਮਿਹਨਤ ਦਾ ਜ ਉਹਨਾਂ ਨੂੰ ਫਲ ਮਿਲਣਾ ਹੁੰਦਾ ਇਹ ਦਿਨ ਰਾਤ ਜਿਹੜੀ ਵਿਦਿਆਰਥੀਆਂ ਨੇ ਘਰ ਬੈਠ ਕੇ ਮਿਹਨਤ ਕੀਤੀ ਹੈ ਲਾਕਡਾਊਨ ਦੇ ਦੌਰਾਨ ਤਾਂ ਕਿਸ ਤਰ੍ਹਾਂ ਵੈਬਸਾਈਟ ਚੱਲਦੀ ਹੈ ਇਸ ਦੀ ਵੀ ਜਾਣਕਾਰੀ ਦਿਓ ਔਰ ਨਤੀਜਿਆਂ ਦੇ ਬਾਰੇ ਵੀ ਜਾਣਕਾਰੀ ਦਿਓ ਜੀ ਬਿਲਕੁਲ ਜੋ ਪੰਜਾਬ ਦੇ ਨਤੀਜੇ 12ਵੀਂ ਦੇ ਬਹੁਤ ਵਧੀਆ ਆਏ ਨੇ ਤੇ ਜੇ ਦੇਖਿਆ ਜਾਵੇ ਤਾਂ ਪਿਛਲੀ 12 ਦੇ ਨਤੀਜਿਆਂ ਨਾਲੋਂ ਬਹੁਤ ਵਧੀਆ ਨੇ 2017 ਦੇ ਵਿੱਚ ਜਿਵੇਂ ਕਿ ਪ੍ਰੈਸ ਨੋਟ ਜਾਰੀ ਕੀਤਾ ਗਿਆ ਵਿਜੇਂਦਰ ਸਿੰਘਲਾ ਵੱਲੋਂ ਸਿੱਖਿਆ ਮੰਤਰੀ ਵੱਲੋਂ ਕਿ 36% ਦੀ ਸੀ ਗੱਲ ਲੇਕਿਨ ਹੁਣ ਪਹੁੰਚ ਗਿਆ ਹੈ 94% ਦੀ ਤੱਕ ਜਿਹੜਾ ਰਿਜ਼ਲਟ ਪਾਸਿੰਗ ਦੇ ਆਏ ਨੇ ਜਦਕਿ ਜਿਹੜੇ ਬੱਚਿਆਂ ਨੇ ਅਟੈਂਪਟ ਕੀਤਾ ਸੀ 2,86,000 ਬੱਚਿਆਂ ਨੇ ਅਟੈਂਪਟ ਕੀਤਾ ਸੀ ਜਿੰਨਾਂ ਵਿੱਚੋਂ ਜਿਹੜਾ ਹੈਗਾ 2,60,000 ਜਿਹੜੇ ਬੱਚੇ ਨੇ ਉਹ ਪਾਸ ਹੋਏ ਨੇ ਪੰਜਾਬ ਦੇ ਵਿੱਚ ਤੇ ਇਹ ਆਂਕੜਾ 90 ਫੀਸਦੀ ਤੋਂ ਜ਼ਿਆਦਾ ਬੰਦ ਹੈ ਯਾਨੀ ਕਿ ਜਿਹੜੇ ਬੱਚੇ ਪਾਸ ਹੋਏ ਨੇ 90 ਫੀਸਦੀ ਔਰ ਜਿਹੜੇ ਰਿਜ਼ਲਟ ਆਏ ਨੇ ਬੱਚਿਆਂ ਦੇ ਪਾਸਿੰਗ ਉਹ 94% ਆਏ ਨੇ ਤੇ ਕਾਫੀ ਵੱਡੀ ਉਪਲਬਧੀ ਵੀ ਹੈ ਪੰਜਾਬ ਲਈ ਕਿ 3 ਸਾਲ ਦੇ ਵਿੱਚ ਜਿਹੜਾ 33 ਫੀਸਦੀ ਤੋਂ ਲੈ ਕੇ 94 ਫੀਸਦੀ ਤੱਕ ਪਾਸਿੰਗ ਦਾ ਜਿਹੜਾ ਰਿਜ਼ਲਟ ਪਹੁੰਚਿਆ ਹੈਗਾ ਉਹ ਆਪਣੇ ਆਪ ਚ ਉਹ ਦੂਸਰੀ ਗੱਲ ਕਿ ਜਿਹੜੇ ਰੂਰਲ ਏਰੀਆਜ਼ ਨੇ ਉਹਨਾਂ ਦੇ ਵੱਲੋਂ ਬਹੁਤ ਵਧੀਆ ਪ੍ਰਦਰਸ਼ਨ ਦਿੱਤਾ ਗਿਆ ਬੱਚਿਆਂ ਵੱਲੋਂ 93.39 ਤੇ ਜਿਹੜੇ ਅਰਬਨ ਨੇ 91.26 ਯਾਨੀ ਕਿ ਰੂਰਲ ਏਰੀਆਜ਼ ਕਿ ਵੀ ਬੱਚਿਆਂ ਨੇ ਕਾਫੀ ਵੱਡੀ ਬਾਜ਼ੀ ਮਾਰੀ ਐ ਤੇ ਹੁਣ ਪੰਜਾਬ ਸਰਕਾਰ ਵੀ ਹੁਣ ਪੱਬਾ ਪਾਰ ਹੋਈ ਪਈ ਐ ਕਿ ਜਿਹੜੇ ਰਿਜ਼ਲਟ 2017 ਦੇ ਵਿੱਚ 63% ਸੀਗੇ ਤੇ ਉਹ ਹੁਣ ਰਿਜ਼ਲਟ ਦਾ ਜਿਹੜਾ ਆਂਕੜਾ ਐ ਉਹ 90% ਤੋਂ ਵੀ ਪਾਰ ਕਰ ਗਿਆ ਯਾਨੀ ਕਿ ਜਿਹੜੇ ਐਫੀਲੀਏਟਡ ਸਕੂਲਸ ਹੈਗੇ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਵੀ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਨੇ ਪਛਾੜਤਾ ਕਿਉਂਕਿ